ਗੱਟਾ ਤੇ ਇੱਕ ਪਾਸੇ ਵੜ ਕੇ ਦੂਸਰੇ ਪਾਸੇ ਨਿਕਲ ਕੇ ਤੇ ਕਹਿੰਦਾ ਮੈਂ ਸਟੇਜ ਪਾਰ ਕਰਦਾ ਆਪਣਾ ਮੂੰਹ ਵੇਖ ਮੈਂ ਤਸਮੇ ਵਾਲੇ ਖੁਸ਼ਿਆ ਦਾ ਮੂੰਹ ਤੇਰਾ ਤਾਂ ਢੇਲੀ ਵੇ ਬਣੀ ਤੇ ਕੱਲ ਕਮਰਾ ਤੇ ਗਿਆ ਤਾਂ ਬਾਹਰ ਨਿਕਲ ਕੇ ਦੱਸਿਆ ਮੈਂ ਕੀ ਆਨੇ ਥੋਏ ਬਰੇ ਨੇ 14 ਅਗਸਤ ਵਾਲੇ ਦਿਨ ਜਾ ਕੇ ਨਾ ਤੇ ਕਮਰਾ ਨੂੰ ਮੁੱਟਾ ਲਿਆ ਮੈਂ ਕੀ ਕਰਨੇ ਅੰਦੇ ਆਜ਼ਾਦੀ ਦਾ ਦਿਨ ਇਹ ਨਾ ਭਾਈ ਇਹ ਗੱਲ ਤੁਸੀਂ ਨਹੀਂ ਕਰਦੇ ਯਾਰ 15 ਅਗਸਤ ਨੂੰ जोर दिता कि नहीं यार पहली फर्स्ट ऑफ ऑल देख रहे हो ना मुबारकबाद हकदार तुसी भी हो गल ए गाइज चैनल दी जिहड़ी पहली इनकम है साडी पहली पेमेंट सानू मंजूर हो गई है और जितनी भी पेमेंट वसूल हुई है तुसी पिछे देख रहे होगे बैकग्राउंड चेंज है असी ए स्टूडियो तैयार कीता है और जितनी पेमेंट सी मेरे ख्याल तकरीबन 90% लग गया उहदा पेमेंट दा तकरीबन लग गया क्योंकि हिसाब ते मेरे हाथ ते मैं दस सकना वा सही 90% जेड़ा खर्चा सारा असा इस चैनल दे बैकग्राउंड उत्ते और चैनल दे कुछ ट्राइपॉड वगैरह माइक वगैरह अच्छीयां चीजां ध्यान दे उत्ते लाया है ते असी कोशिश करांगे कि नेक्स्ट तुहानू अच्छी तो अच्छी वीडियो प्रोवाइड कर सकीए ते अज इसे वेले तुसी तिन्ने इकट्ठे तुहानू इस वीडियो च नजर आ रहे हैं और पहली इनकम दे बारे भी तुहानू दस दित्ता जिन्नी पेमेंट होई होगी तकरीबन तुहानू दस दित्ता कि एक पुरानी मोटरसाइकिल आहो इन्नी को बंदा लै सकदा मतलब ज्यादा नहीं नहीं एड्डी भी पुरानी नहीं यार तेरे मैं नहीं रख लै तू नहीं जो दौर चल रहे हैं दौरे हुकूमत चल रहे हैं महंगाई की रूटीन चल रही है समझ लो यार मेरे हिसाब से कम से कम ना को 100 किलो के हो आ गए किलो क्यों बड़ा महंगा हो भाई 400 रुपए किलो कितना महंगा हो जाता है ला लो हिसाब तो कितने का 40,000 रुपए का बनता बन जाता है सिर्फ हां ਤੁਸੀਂ ਜੋ ਵੀਡੀਓ ਦੇਖ ਰਹੇ ਹੋ ਤੁਸੀਂ ਹੱਕਦਾਰ ਹੋ ਇਸ ਚੀਜ਼ ਤੋਂ ਨਹੀਂ ਤੂੰ ਜਿਹੜਾ ਵੀ ਦੇਖ ਰਿਹਾ ਜਿਹੜਾ ਵੀ ਵੀਡੀਓ ਦੇਖ ਰਿਹਾ ਵੀ ਲਵ ਯੂ ਆਲ ਯਾਰ ਤੁਹਾਡੇ ਸਾਰਿਆਂ ਦੇ ਨਾਲ ਬਹੁਤ ਪਿਆਰ ਕਰਦੇ ਆ ਔਰ ਕੋਸ਼ਿਸ਼ ਕਰਦੇ ਆ ਕਿ ਤੁਹਾਡੇ ਸਾਰਿਆਂ ਦੇ ਕਮੈਂਟਸ ਜਿਹੜੇ ਰੀਡ ਕਰਕੇ ਉਹਨਾਂ ਨੂੰ ਮਤਲਬ ਕਿ ਜਿਹੜੀ ਵੀ ਫਰਮਾਇਸ਼ ਤੁਸੀਂ ਦਿੰਦੇ ਅਸੀਂ ਉੱਤੇ ਰਿਐਕਸ਼ਨ ਕਰਨ ਦੀ ਪੂਰੀ ਕੋਸ਼ਿਸ਼ ਕਰਦੇ ਆ ਔਰ ਉਮੀਦ ਹੈ ਕਿ ਨੈਕਸਟ ਤੁਹਾਨੂੰ ਕੰਪਲੇਨ ਨਹੀਂ ਮਿਲੇਗੀ ਵੀਡੀਓ ਲੇਟ ਆਈ ਵੀਡੀਓ ਨਹੀਂ ਆਈ ਜਾਂ ਵੀਡੀਓ ਦੇ ਵਿੱਚ ਪਹਿਲਾਂ ਨਾਈਸ ਕੁਆਲਿਟੀ ਮੈਂ ਦੇਖਦਾ ਸੀ ਸਾਡੀ ਵੀਡੀਓ ਦੇ ਵਿੱਚ ਕਾਫੀ ਜ਼ਿਆਦਾ ਸ਼ੋਰ ਹੁੰਦਾ ਸੀ ਬਾਹਰ ਦਾ ਹੁਣ ਅਸੀਂ ਇਸੇ ਲਈ ਸਟੂਡੀਓ ਮੈਨੇਜ ਕਰ ਲਿਆ ਕਿ ਨਾ ਕੋਈ ਬਾਹਰ ਦਾ ਸ਼ੋਰ ਹੋਏਗਾ ਨਾ ਚਹਿ ਚਹਿ ਨਾ ਪੈ ਪੈ ਨਾ ਕਹਿ ਕਹਿ ਤੇ ਨਾ ਚਾਹਦਾ ਅੱਜ ਅਸੀਂ ਤੁਹਾਨੂੰ ਸਟੂਡੀਓ ਵੀ ਬਾਅਦ ਚ ਦਿਖਾ ਦਿੰਦੇ ਆ ਫਿਲਹਾਲ ਤੁਸੀਂ ਮੂੰਹ ਮਿੱਠਾ ਕਰ ਲਈਏ ਤੁਸੀਂ ਵੀ ਮੂੰਹ ਮਿੱਠਾ ਕਰੋ ਖਾਓ ਜ਼ਰਾ ਬਾਦਸ਼ਾਹ ਦੀ ਬਰਤੀ ਭਾਈ ਪਾਕਿਸਤਾਨ ਪੰਜਾਬ ਦੇ ਵਿੱਚ ਚੜ੍ਹਦੇ ਪੰਜਾਬ ਜ਼ਿਲ੍ਹਾ ਨਾਰੋਵਾਲ ਦੇ ਵਿੱਚ ਜਿਹੜੀ ਕੋਈ ਮਸ਼ਹੂਰ ਹੈਗੀ ਹੈ ਬਰਫੀ ਉਹ ਬਾਦਸ਼ਾਹ ਵਾਲੇ ਦੀ ਹੈ ਉਹ ਹੀ ਬਾਦਸ਼ਾਹ ਸੀ ਬਾਕੀ ਆਇਆ ਸਭ ਨਾਲ ਪਹਿਲਾਂ ਤੁਹਾਡੇ ਲਈ ਇਹ ਗੱਲ ਬੰਦੀ ਪਹਿਲੀ ਖਾਣ ਤੁਹਾਡੀ ਨਹੀਂ ਬਾਜੀ ਇਹ ਪਹਿਲੀ ਖਰਾਬ ਮੈਂ ਤਾਂ ਪਿਛਲੇ ਬਾਜ਼ਾਰ ਚ 80 ਦੀ ਵੇਚਦਾ ਰਿਹਾ ਤੁਹਾਡੇ ਅੱਜ ਸਿਰਫ 50 ਵਾਲੀ ਅੱਛਾ बोरिया सुटने गाइस स्टूडियो ਦੇ ਵਿੱਚ ਅਸੀਂ 6 ਕੁਰਸੀਆਂ ਹਾਂਜੀ ਦੋ ਟ੍ਰਾਈਪੋਡ ਹਾਂਜੀ ਇਹ ਟ੍ਰਾਈਪੋਡ ਤੇ ਤੁਸੀਂ ਇਸ ਤੋਂ ਬਾਅਦ ਜੋ ਤੇ ਨਸ਼ਲੀ ਨਾ ਕਾਰਪਟ ਸ਼ਾਰ ਪੜਦੇ ਨਹੀਂ ਲੇਕਿਨ ਚਟਾਈਆਂ ਹਾਂਜੀ ਚਟਾਈਆਂ ਵੀ ਸ਼ਾਈਆਂ ਸੋਹਣਾ ਪਿੰਡੂ ਮਾਹੌਲ ਬਣਾਇਆ ਹੈ ਇਹੋ ਹੀ ਸਾਡੀ ਬੈਠਕ ਵੀ ਹੈ ਇਹੋ ਹੀ ਸਾਡਾ ਸਟੂਡੀਓ ਵੀ ਹੈ ਇੱਥੇ ਬਹਿ ਕੇ ਦੱਪਣ ਵੀ ਮਾਰਦੇ ਆ ਇੱਥੇ ਬਹਿ ਕੇ ਸ਼ੂਟ ਵੀ ਕਰਦੇ ਆ ਕਮਰਾ ਚ ਗਿਆ ਤੂੰ ਬਾਹਰ ਨਿਕਲ ਕੇ ਦੱਸੀ ਜਾਵੇ ਮੈਂ ਕੀ ਕਰਨਾ ਥੋਏ ਬਰੇ ਨੇ
14 अगस्त वाले दिन जाके ना ते कब्रां नूं उठा लैगे मैं की करन दिया अंदे आजादी दा दिन है इना पर भाई इंदे इस गाने तुसे नहीं गाना यार 15 अगस्त नूं को मेरे नाल दा होएगा इधर दी मुद्दे ते ना पुट दे तेरे क्या सा तेरा मुद्दे पुट के खाण वाली दाशन का मुंह है ਕਾਹਦਾ ਤੇ ਨਾ ਗੱਟ ਚ ਡੇਗ ਪਿਆ ਤੇ ਮੈਂ ਹੱਥ ਪੈਰ ਕੀਤਾ ਮੈਂ ਚਲ ਆ ਜਾ ਬਾਹਰ ਕਹਿੰਦਾ ਨਹੀਂ ਮੁਝੇ ਮਤ ਮੋਰ ਇਹਦੇ ਕਰ ਗੱਟ ਡੇਗ ਪਿਆ ਮੈਂ ਨਾ ਤੇ ਫੜਾ ਕੇ ਮੈਂ ਬਾਹਰ ਆ ਜਾਂਦਾ ਇਹਨੂੰ ਸ਼ੈਂਪੂ ਭਰਾਵਾ ਨਾ ਲਾਵੇ ਜੀ ਗੱਟ ਦੇ ਇੱਕ ਪਾਸੇ ਵੜ ਕੇ ਦੂਸਰੇ ਪਾਸੇ ਨਿਕਲ ਕੇ ਤੇ ਕਹਿੰਦਾ ਮੈਂ ਸਟੇਜ ਪਾਰ ਕਰ ਦਾ ਜਿੱਦਾਂ ਪੀ ਪੀ ਜੀ ਜੀ ਕਰਦਾ ਨਾ ਅੰਗੂਰ ਵਾਲੇ ਤੋਂ ਲਈ ਨਾ ਅੰਗੂਰ ਵਾਲੇ ਕਿਲੋ ਅੰਗੂਰ ਲਈ ਨਾ ਤੇ ਸ਼ਾਪਰ ਨੂੰ ਲਿਆ ਕੇ ਤੂੰ ਘਰ ਕੰਢ ਖੋਲੀ ਤੇ ਸਭ ਤੋਂ ਪਹਿਲਾਂ ਇਧਰ ਗਿਆ ਫੋਨ ਨਿਕਲਿਆ ਹਣੀਆ ਜਦ ਆਣ ਦੇ ਹਣੀਆ ਦਾ ਹੱਥ ਦੇ ਹੱਥ ਲੱਗਿਆ ਹੈ ਵਿੱਚ ਇਹ ਕਿੱਕੀ ਦਾ ਚਲਾ ਸੀ ਵਾਓ ਭੂਤ ਮਾਰੀ ਜਿਸ ਕਰੇਗੀ ਤਾਂ ਪਤਾ ਲੱਗਿਆ ਆਰੇ ਮੈਂ ਜਦ ਤੇਰੀ ਕਿਸਮਤ ਸ਼ਾਮ ਇਹ ਮੇਰਾ ਤੇ ਨਹੀਂ ਹੋਇਆ ਤਾਂ ਖੜ ਇਸੇ ਬੋਤਲ ਦਾ ਯਾ ਯਾਰ ਭਾ ਤੂੰ ਬੀਤੀ ਕਰਾ ਲਈ ਪਰਾ ਹੋਏ ਪਰਾ ਹੋਏ ਤੂੰ ਛੱਡ ਆਇਆ ਲੱਗਾ ਹੀ ਇਹਦਾ ਕੀ ਹੋ ਰੱਖਿਆ ਉਹਨੇ ਇਹ ਨਹੀਂ ਬੋਲੀ ਤੂੰ ਜਾ ਵਾਪਸ ਕਰਾ ਹੋਰ ਲੈ ਕੇ ਆ ਮੇਰੇ ਕੋਲ ਇਸ ਤਰ੍ਹਾਂ ਹੀ ਸੀ ਨਾ ਆ ਕੋਲ ਆ ਤੂੰ ਕੋਲ ਜਲਦੀ ਨਾ ਬੜੀ ਠੰਡੀ ਵੀ ਬੜੀ ਜੋ ਕੋਲ ਆ ਛੱਡ ਦੇ ਨਾ ਤਰ ਚੱਲ ਏ ਹੈ ਕਿ ਲਿਆ ਮੈਂ ਕੋਲ ਆ ਦੇ ਮੈਂ ਨਾ ਮੈਂ ਤੇ ਤੁਸੀਂ ਕੇ ਬੋਲ ਨਾ ਟੁੱਟ ਜਾ ਚੱਲ ਮੈਂ ਕੋਲ ਆ ਤੂੰ ਤਾਂ ਕੋਲ ਆ ਦੇ ਚੱਲ ਚੱਲ ਕੋਲ ਉਹ ਜਰਾ ਨੇ ਵੀ ਪੇਤੀ ਰਾਜ ਯਾਦ ਆਇਆ ਉਹ ਗਾਇਤਾ ਨੇ ਕਾਲ ਦੱਸਿਆ ਇੱਕ ਨੂੰ ਸੀ ਨਾ ਪਰਿਵਾਰ ਦੇ ਵਿੱਚ ਤੇ ਸੌਰਾ ਸਾਹਿਬ ਯਾਰ ਖੋਲ ਲੈ ਵਾਕੇ ਹੀ ਬਸ ਸੁਣ ਗੱਲ ਆ ਬੋਲ ਗੱਲ ਸੁਣ ਆ ਮੂੰਹ ਵਾਲੇ ਜਵਾਬ ਯਾਦ ਆਈ ਇੱਕ ਨੂੰ ਨਾ ਆਪਣੇ ਸਾਰੇ ਨੂੰ ਦਿੰਦੀ ਹੈ ਰੋਟੀ ਤੇ ਨਾਲ ਬੀੜੀ ਤੇ ਬੈਠੀ ਹੁੰਦੀ ਹੈ ਫਰਿਸ਼ਤੇ ਨਾ ਤੇ ਉਹਦਾ ਕਿਤੇ ਪੱਦ ਨਹੀਂ ਹੋ ਜਾਂਦਾ ਉਹ ਬਾਬਾ ਨੇ ਕਰਕੇ ਧਿਆਨ ਦੇ ਨਾਲ ਵੇਂਦਾ ਤੇ ਉਹ ਥਲੋ ਬੀੜੀ ਨੂੰ ਨਾ ਨਾਲ ਪੈਂਦੀ ਹੈ ਕੂੰ ਕੂੰ ਦੀ ਆਵਾਜ਼ ਨਹੀਂ ਦਿੰਦੇ ਬਾਅਦ ਲੈ ਕਹਿੰਦਾ ਪੁੱਤਾ ਜਿੰਨੀ ਮਰਜ਼ੀ ਬੀੜੀ ਲਾ ਪਹਿਲੀ ਵਾਰ ਪੈਂਦੀ ਸੀ ਬਾਦਸ਼ਾਹ ਦੀ ਬਰਫੀ ਦੀ ਵੀ ਬਿਸਤਰੀ ਕਰਦੇ ਆ ਉਹ ਮਾਮਾ ਤੇਰਾ ਮੂੰਹ ਹੈ ਕਿ ਗੱਡਰ ਸਾਰਾ ਰੋਟੀ ਖਾਣ ਲੱਗਿਆ ਨਾ ਸੋਚੋ ਮਲਾ ਤੁਲ ਕੇ ਵਿੱਚ ਕੱਟੀਆਂ ਤਿੰਨ ਰੋਟੀਆਂ ਮੇਰਾ ਗਾ ਅੰਦਰ ਚਲੋ ਨਹੀਂ ਬਾਕੀ ਇਹ ਖੋਲੀ ਬੋਤਲ ਖੋਲ ਗਈ ਯਾਰ ਬੋਤਲ ਵਾਕੇ ਫਸ ਗਈ ਹੈ ਸੀਰੀਅਸ ਮਜ਼ਾਕ ਤੋਂ ਇਲਾਵਾ ਸੀਰੀਅਸ ਸਹੀ ਗੱਲ ਹੋਰ ਨਾ ਬਰੋਲ ਜਿਹੜਾ ਲੋਕ ਨੇ ਮੈਂ ਕੋਲ ਆ ਜਾ ਛੁਰੀ ਲਿਆ ਅੱਜ ਤੋਂ ਬਾਅਦ ਦੀ ਆ ਕਿਹੜੀ ਬਾਤ ਦੁਬਾਰਾ ਬੰਦ ਕਰ ਲਈ ਯਾਰ ਵੇ ਵੇ ਭੈਣ ਚੋਦਾ ਨੇ ਮੈਂ ਸਾਰੇ ਸਲਾਈ ਮਾਰ ਛੱਡੀ ਰੁਪਏ ਨਾ ਕਿਦਨ ਕੰਮ ਹੋਣਾ ਹਾਂ
ਅਮੀਦ ਯਾਰ ਖੁੱਲ ਜੇ ਖੁੱਲ ਗਈ ਤੇ ਤੁਸੀਂ ਵੀ ਪੀ ਲਿਓ ਕੋਸ਼ ਆ ਨਹੀਂ ਅੱਗੀ ਨਵਲ ਹੁਣ ਨੌ ਦੀ ਟੈਂਸ਼ਨ ਲਾਈ ਨਹੀਂ ਨੌ ਦੀ ਫੌਜੀ ਆਪਣਾ ਯਾਰ ਨਾ ਕੋਲ ਰੱਖੇ ਤੇ ਫੌਜੀ ਕਰ ਦੱਸੋ ਇਹਨਾਂ ਮੇਰਾ ਕੋਲ ਹੀ ਜੇ ਅਲੇ ਪਿੰਸਲ ਦੇ ਨਾਲ ਹਾਊ ਟੂ ਓਪਨ ਕੋਪ ਵਿਦ ਪੈਂਸਲ ਚਿੱਕਾ ਟੋੜੂ ਕਰਨਾ ਚਾਹੀਏ ਨੂੰ ਕੀ ਪਤਾ ਹੈ ਪਿੰਸਲ ਚ ਕਿੰਨੀ ਤਾਕਤ ਹੈ ਦੱਸੋ ਇਹਨੂੰ पटाका ही मार दे ਮਜ਼ੇ ਤੋਂ ਮਜ਼ੇ ਦਾ ਕੰਟੈਂਟ ਜਿੰਨਾ ਵੀ ਹੈ ਨਾ ਪਾਕਿਸਤਾਨ ਦੇ ਪੰਜਾਬ ਵਿੱਚ ਇਨਸ਼ਾਅੱਲਾ ਤੁਹਾਨੂੰ ਸ਼ੋਅ ਕਰਵਾ ਦੇਣਾ ਇਨਸ਼ਾਅੱਲਾ ਅਸੀਂ ਕੋਸ਼ਿਸ਼ ਚਲੋ ਠਣਾ ਨੂੰ ਹਾਲ ਸਾਜੇ ਕਾ ਪੇ ਮੂੰਹ ਮਾਰ ਕੇ ਚਲ
कि गाइस ये ऐसा छोटा जा एक अपना शूटिंग रूम समझ लो कि स्टूडियो समझ लो तैयार किया है। फर्स्ट पेमेंट साड़ी आई सी उस तो बाद चो असी जितनी भी पेमेंट आई है तकरीबन और 90% जड़ा है वो असी इस स्टूडियो उत्ते खर्च किया है कि यह रूम तैयार किया है कि अज तो बाद जी वीडियो होएगी प्रॉपर इसे रूम के आया करेगी और यदा बाकी का व्यू भी तुम दिखाना चाहवागा थोड़ा जहा। ਇਹ ਜੀ ਸਾਡਾ ਸਟੂਡੀਓ ਹੈਗਾ ਅਤੇ ਇਹ ਸਾਹਿਬ ਹੋਰ ਬੈਠੇ ਨੇ ਅਤੇ ਸਾਹਿਬ ਹੋਰ ਅੱਜ ਤੋਂ ਬਾਅਦ ਇਹ ਸਟੂਡੀਓ ਚਲਾਉਣਾ ਅਤੇ ਡਾਕਟਰ ਦੇ ਨਾਲ ਮਜ਼ੇ ਕਰਦੇ ਹੋਏ ਅਤੇ ਇੱਥੇ ਹੀ ਸ਼ੂਟਿੰਗ ਹੋਇਆ ਕਰੇਗੀ ਅਤੇ ਅੱਜ ਤੋਂ ਬਾਅਦ ਤੁਹਾਨੂੰ ਵੀਡੀਓ ਸਾਰੀਆਂ ਇਸ ਸਟੂਡੀਓ ਦੇ ਵਿੱਚ ਮਿਲਿਆ ਕਰਨਗੀਆਂ ਅਤੇ ਤੁਸੀਂ ਸਾਰੇ ਜਣੇ ਮਿਲ ਕੇ ਯਾਰ ਚੈਨਲ ਨੂੰ ਸਪੋਰਟ ਕਰੋ, ਤੁਹਾਡੀ ਸਪੋਰਟ ਦੀ ਜ਼ਰੂਰਤ ਆ, ਤੁਹਾਡੀ ਜਿੰਨੀ ਸ਼ੇਅਰਿੰਗ ਹੋਏਗੀ ਜਿੰਨੇ ਲਾਈਕ ਮੈਂਟ ਆਉਣਗੇ ਉਨਾ ਹੀ ਜ਼ਿਆਦਾ ਮਤਲਬ ਕਿ ਅਸੀਂ ਇਸ ਚੀਜ਼ ਨੂੰ ਬਿਹਤਰ ਤੋਂ ਬਿਹਤਰ ਕਰਕੇ ਮੈਨੇਜ ਕਰਾਂਗੇ। ਅਤੇ ਪੁੱਤ ਇੰਜੋਏ ਆ ਫਿਰ ਪੂਰਾ। ਇਹ ਗਾਈਸ ਦੀਵਾਰ ਹੈ ਜਿਹੜੀ ਤੁਸੀਂ ਬੈਕਗਰਾਊਂਡ 'ਚ ਦੇਖਦੇ ਹੋ, ਔਰ ਮਜ਼ੇ ਦੀ ਗੱਲ ਇਹ ਅਸੀਂ ਖੁਦ ਆਪਣੇ ਹੱਥਾਂ ਦੇ ਨਾਲ ਤਿਆਰ ਕੀਤਾ, ਨਾ ਕਿਸੇ ਕਾਰੀਗਰ ਨੂੰ ਸੱਦਿਆ, ਨਾ ਕਿਸੇ ਕੋਲ ਪੇਂਟ ਕਰਵਾਇਆ, ਖੁਦ ਹੀ ਆਪਣੇ ਹੱਥੀਂ ਸਾਰਾ ਕੁਝ ਕੀਤਾ ਅਤੇ ਸੋਹਣੀ ਅੱਜ ਵੇਲ ਲਿਆ ਕੇ ਆਇਆ ਅਤੇ ਉਹਨੇ ਐਮ ਲਿਖ ਦਿੱਤਾ ਉੱਤੇ ਨਾਲ ਹੀ। ਅਤੇ ਵਟ ਇਜ਼ ਦੀ ਰੀਜ਼ਨ ਆਫ ਰਾਈਟਿੰਗ ਟੂ ਐਮ? ਮੁਹੰਮਦ ਹਮਾਰੇ ਬੜੀ ਸ਼ਾਨ ਵਾਲੇ। ਹਾਂਜੀ ਵਾਹ, ਸ਼ੁਕਰ ਹੈ ਤੁਹਾਨੂੰ ਸਵਾਲ ਤੇ ਸਮਝ ਚ ਆ ਗਿਆ, ਬਾਕੀ ਉਹਨੇ ਤੇ ਮੂੰਹ ਹੀ ਅੜ ਛੜਿਆ ਸੀ, ਪਤਾ ਨਹੀਂ ਇਹਨੇ ਕਿਹਾ ਕੀ। ਓਕੇ ਗਾਈਜ਼, ਆਪਾਂ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ ਤੇ ਤਦ ਤੱਕ ਲਈ।